ਦੇਖੋ, ਮੈਂ ਇਸ ਸਾਰੀ ਚੀਜ਼ ਨਾਲ ਬਹੁਤ ਨੇੜੇ ਤੋਂ ਅਤੇ ਬੜਾ ਡੂੰਘਾਈ ਨਾਲ ਜੁੜਿਆ ਹੋਇਆ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਸਾਡੇ ਸਿੱਖ ਕੈਦੀ ਨੇ ਜਿਹੜੇ ਬੰਦੀ ਨੇ ਉਹਨਾਂ ਨੂੰ ਛੱਡਣ ਦੀ, ਬਿਲਕੁਲ ਇੱਕ ਸੂਚੀ ਮੁੱਖ ਮੰਤਰੀ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਹੋਮ ਮਿਨਿਸਟਰੀ ਨੂੰ ਭੇਜੀ ਸੀ ਵੀ ਜਿਹੜੇ ਅੱਜ ਬਹੁਤ ਬਜ਼ੁਰਗ ਹੋ ਚੁੱਕੇ ਆ, ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ, ਕੋਈ ਬੇਲ ਕਰਾਉਣ ਵਾਲਾ ਨਹੀਂ ਗਾ, ਕੋਈ ਕੇਸ ਲੜਨ ਵਾਲਾ ਨਹੀਂ ਗਾ ਉਹਨਾਂ ਦਾ, ਅਤੇ ਜਿਨ੍ਹਾਂ ਦੇ ਇਹ ਮੰਨ ਲਿਆ ਵੀ ਸਾਤੋਂ ਉਸ ਵੇਲੇ ਇੱਕ ਐਸਾ ਮਾਹੌਲ ਸੀ ਜਿਹਦੇ ਪਿੱਛੇ ਸਾਤੋਂ ਕੋਈ ਗਲਤੀ ਹੋ ਗਈ, ਕਮੀ ਰਹਿ ਗਈ, ਉਹ ਲੋਕਾਂ ਦੀ ਸੂਚੀ ਸਾਢੇ 500 ਸਾਲਾਂ ਇੱਕ ਬਹੁਤ ਵੱਡੀ ਪਵਿੱਤਰ ਗੱਲ ਆ, ਅਤੇ ਉਹਦੇ 'ਤੇ ਉਹ ਬੰਦੇ ਛੱਡੇ ਜਾਣ, ਉਹਦੀ ਲਿਸਟ ਆ ਜਿਹੜੀ ਉਹ ਬਿਲਕੁਲ ਸਾਡੀ ਸਰਕਾਰ ਨੇ ਅਤੇ ਸੈਂਟਰ ਗੌਰਮੈਂਟ ਨੇ ਇਕੱਠੇ ਬਹਿ ਕੇ ਇਹ ਫੈਸਲਾ ਕੀਤਾ ਵੀ ਇਹ ਲੋਕਾਂ ਦਾ ਕੋਈ ਬਾਹਰ ਆ ਕੇ ਖਤਰਾ ਨਹੀਂ, ਅੱਜ 80-86 ਸਾਲ ਦੀ ਉਮਰ ਹੋ ਗਈ ਆ, ਅਤੇ ਉਹ ਜਿਹੜਾ ਉਹਨਾਂ ਦਾ ਬਿਹੇਵੀਅਰ ਰਿਹਾ ਹੈ ਪਿਛਲੇ 30-20 ਸਾਲ ਜੇਲ੍ਹਾਂ ਦੇ ਵਿੱਚ, ਉਹ ਬੜਾ ਸ਼ਾਂਤੀਪੂਰਕ ਰਿਹਾ ਹੈ ਅਤੇ ਕਦੇ ਵੀ ਉਹਨਾਂ ਨੇ ਕਿਸੇ ਵੀ ਇਲੀਗਲ ਐਕਟੀਵਿਟੀਜ਼ ਆਪਣੀ ਇਨਵੋਲਵਮੈਂਟ ਨਹੀਂ ਆਈ, ਅਤੇ ਉਹਨਾਂ ਨੂੰ ਮੈਂ ਖੁਸ਼ੀ ਜ਼ਾਹਿਰ ਕਰਨਾ, ਉਹਨਾਂ ਨੂੰ ਛੱਡਿਆ ਜਾ ਰਿਹਾ, ਉਹਨਾਂ ਦੀ ਸੂਚੀ 'ਚ ਨੌਂ ਆ ਰਹੇ ਆ, ਕਾਲੀ ਸੂਚੀ ਵੀ ਜਿਹੜੀ ਪਿੱਛੇ ਆ ਜਿਨ੍ਹਾਂ ਦੇ ਵਿੱਚ ਕਈ ਬਹੁਤ ਲੋਕ ਸੀ ਜਿਹੜੇ ਨਜਾਇਜ਼ ਕਿਸੇ ਤਰੀਕੇ ਨਾਲ ਨੌਂ ਆ ਗਏ ਸੀ ਕੇਸਾਂ 'ਚ, ਉਹਨਾਂ ਨੂੰ ਵੀ ਕੱਢਿਆ ਗਿਆ। ਪਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਰਾਜੋਆਣੇ ਦੀ, ਇਹ ਗੱਲ ਵੀ ਸੁਣਨ ਨੂੰ ਆ ਰਹੀ ਆ, ਹਜੇ ਕੋਈ ਪੰਜਾਬ ਨੂੰ, ਮੈਂ ਸਵੇਰ ਦਾ ਆਫਿਸ ਹੋਮ ਮਿਨਿਸਟਰੀ ਨਾਲ ਅਤੇ ਸਾਡੇ CMO ਨਾਲ ਇਨ ਟੱਚ ਸੀ, ਹਜੇ ਕੋਈ ਸੂਚੀ ਆ ਜਿਹੜੀ ਬਕਾਇਦਾ ਨੌਵਾਂ ਦੀ ਉਹ ਹੋਮ ਮਿਨਿਸਟਰੀ ਨੇ ਪੰਜਾਬ ਗੌਰਮੈਂਟ ਨੂੰ ਨਹੀਂ ਭੇਜੀ, ਪਰ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਇਹ ਗੱਲਾਂ ਜ਼ਰੂਰ ਆ ਰਹੀਆਂ ਵੀ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ। ਇਦੋਂ ਵੱਡਾ ਕਾਲਾ ਦਿਨ ਪੰਜਾਬ ਲਈ, ਲੋਕਤੰਤਰ ਲਈ, ਡੈਮੋਕ੍ਰੇਸੀ ਲਈ, ਕਾਨੂੰਨ ਲਈ, ਕੋਈ ਵੀ ਇਦੋਂ ਵੱਡਾ ਧੱਬਾ ਬਲੌਟ BJP ਸਰਕਾਰ ਅਮਿਤ ਸ਼ਾਹ 'ਚ ਮੋਦੀ 'ਚ ਵੱਲੋਂ ਨਹੀਂ ਹੋਊਗਾ। ਇੱਕ ਪਾਸੇ UNO 'ਚ ਜਾ ਕੇ ਪ੍ਰਾਈਮ ਮਿਨਿਸਟਰ ਟੈਰਰਿਜ਼ਮ ਦੀ ਮੇਨ ਗੱਲ ਜੇ ਕਰਦੇ ਹੋ, ਅੱਤਵਾਦ ਦੇ ਅਗੇਂਸਟ ਸਾਰੇ ਮੁਲਕਾਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਆ, ਪਰ ਦੂਜੇ ਪਾਸੇ ਸਿਰਫ ਆਪਣੀ ਸਿਆਸਤ ਕਰਨ ਨੂੰ ਵੀ BJP ਦੇ ਪੈਰ ਜਿਹੜੇ ਆ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਨੂੰ ਠੇਬੀ ਲਾ ਕੇ ਕਿਵੇਂ ਲਾਈਏ, ਉਸ ਚੀਜ਼ਾਂ 'ਚ ਲੱਗੇ ਹੋਏ ਆ। ਉਹਦੇ ਵਿੱਚ ਇੱਕ ਇਹ ਕੜੀ ਆ ਵੀ ਜਿਹੜੇ ਗਰਮ ਖਿਆਲੀ ਲੋਕ ਨੇ, ਫੰਡਾਮੈਂਟਲਿਸਟ ਲੋਕ ਨੇ, ਜਿਹੜੇ ਬਾਹਰ ਬੜੇ ਪੈਸੇ ਵਾਲੇ ਏਜੰਸੀਆਂ ਦੇ ਲੋਕ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ, ਜਿਵੇਂ ਆਮ ਆਦਮੀ ਇੱਕ ਵਾਰੀ ਉਹਨਾਂ ਦੇ ਟ੍ਰੈਪ 'ਚ ਆ ਗਈ ਸੀ, ਉਸੇ ਤਰੀਕੇ ਨਾਲ ਇਹ ਏਜੰਸੀਆਂ ਦੇ ਰਾਹੀਂ ਮੋਦੀ ਸਾਹਿਬ ਅਤੇ BJP ਕਿਤੇ ਨਾ ਕਿਤੇ ਇਹ ਅੱਗ ਨਾਲ ਖੇਡਣਾ ਚਾਹੁੰਦੀ ਹੈ। ਉਹਨਾਂ ਨੂੰ ਪਤਾ ਨਹੀਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਅਮਿਤ ਸ਼ਾਹ ਜੀ ਉਹ ਬਲਿਊ ਸਟਾਰ ਦੀ ਗੱਲ ਨੂੰ ਜਾਣਦੇ ਨੇ, ਉਹ 84 ਦੇ ਦੰਗਿਆਂ ਨੂੰ ਜਾਣਦੇ ਨੇ। ਮੈਨੂੰ ਲੱਗਦਾ ਉਹ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਦੇ ਜ਼ਿਹਨ 'ਚ ਨਹੀਂ ਗਈ ਵੀ ਜੋ ਪੰਜਾਬ 'ਚ 35,000 ਲੋਕਾਂ ਦਾ ਕਤਲ ਹੋਇਆ ਉਹ ਕਤਲੋ ਗਾਰਤ ਕਿਸ ਤਰੀਕੇ ਨਾਲ ਚੱਲੀ ਆ। ਅੱਜ ਉਹ ਪਾਕਿਸਤਾਨ ਨਾਲ ਲੜਨ ਦੀ ਗੱਲ ਕਰਦੇ ਆ, ਪਰ ਇਹ ਜਿਹੜੇ ਸਭ ਤੋਂ ਵੱਡੇ ਪਾਕਿਸਤਾਨ ਦੇ ਏਜੰਟ ਹਲਵਾਰੇ ਅਰਗੇ, ਇਹ ਰਾਜੋਆਣੇ ਅਰਗੇ, ਇਹਨਾਂ ਨੂੰ ਉਹ ਛੱਡਣ ਦੀ ਗੱਲ ਕਰ ਰਹੇ ਆ। ਅਤੇ ਹਰ ਮੁਮਕਿਨ ਲੜਾਈ ਆ ਜਿਹੜੀ, ਉਹ ਚਾਹੇ ਪ੍ਰਧਾਨ ਮੰਤਰੀ ਤੱਕ ਹੋਵੇ, ਚਾਹੇ ਅਮਿਤ ਸ਼ਾਹ ਤੱਕ ਹੋਵੇ, ਚਾਹੇ ਇਹਨਾਂ ਦੀ ਸਰਕਾਰ ਤੱਕ ਹੋਵੇ, ਉਹ ਲੜਾਈ ਸਾਡਾ ਪਰਿਵਾਰ ਲੜੇਗਾ। ਅਸੀਂ ਤਾਂ ਜਿਹੜਾ ਗਵਾਉਣਾ ਸੀ ਗਵਾਈ ਚੁੱਕੇ, ਅੱਗੇ ਵੀ ਤਿਆਰ ਹਾਂ, ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅੱਤਵਾਦੀਆਂ ਦੇ, ਇਹ ਜਿਹੜੇ ਇਹ ਜੰਗਲੀ ਜਿਹੜੇ ਗਿੱਦੜ ਨੇ, ਇਹਨਾਂ ਦੇ ਮੂਹਰੇ ਲੋਕਾਂ ਨੂੰ ਕਿਵੇਂ ਛੱਡ ਦਾਂਗੇ? ਇਹ ਤਾਂ ਕੱਲ੍ਹ ਨੂੰ ਫਿਰ ਆ ਕੇ ਵੱਢਣਗੇ। ਅਤੇ ਇਸ ਕਰਕੇ ਇਹਨਾਂ ਦੇ ਸਾਨੂੰ ਆਉਂਦਾ ਮੂੰਹ 'ਚ ਕਿਵੇਂ ਇਹਨਾਂ ਨੂੰ ਪਟਾ ਪਾ ਕੇ ਕਿਵੇਂ ਅੰਦਰ ਰੱਖਣਾ ਹੈ, ਰਾਜੋਆਣੇ ਅਰਗੇ ਨੂੰ ਜਾਂ ਇਹ ਜਿਹੜੇ ਅੱਤਵਾਦੀ ਨੇ, ਇਹ ਸਾਨੂੰ ਆਉਣਾ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਬਿਲਕੁਲ ਕਲੀਅਰ ਕੱਟ, ਜਿਹੜੇ ਸਿੱਖ ਕੈਦੀ ਨੇ, ਜਿਹੜੇ ਮੈਂ ਪਹਿਲਾਂ ਕਿਹਾ ਵੀ ਜਿਹੜੇ ਸ਼ਾਂਤੀਪੂਰਕ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਜਿਨ੍ਹਾਂ ਦਾ ਉਸ ਵੇਲੇ ਤੋਂ ਅੱਜ ਤੱਕ ਰਿਕਾਰਡ ਆ ਜਿਹੜਾ ਉਹ ਬੜਾ ਸ਼ਾਂਤਮਈ ਰਿਹਾ, ਉਹਨਾਂ ਬਾਰੇ ਉਹਨਾਂ ਨੇ ਚਿੱਠੀ ਲਿਖੀ ਆ। ਅਤੇ ਜਿੱਥੇ ਤੱਕ ਗੱਲ ਰਾਜੋਆਣੇ ਦੀ ਆ, ਉਹ ਸਾਫ਼ ਤੌਰ 'ਤੇ ਪੰਜਾਬ ਸਰਕਾਰ ਦਾ ਅਤੇ ਸਾਡਾ ਇਹ ਸਟੈਂਡ ਆ ਵੀ ਉਹ ਇੱਕ ਖਤਰਨਾਕ ਖੂਨਖਾਰ ਅੱਤਵਾਦੀ, ਜੇ ਅੱਜ ਉਹ ਕੋਠੜੀ 'ਚ ਬਣਦਾ, ਕੱਲ੍ਹ ਨੂੰ ਉਹਦੀ ਉਮਰ ਕੈਦ 'ਚੋਂ ਬਦਲਿਆ ਜਾਂਦਾ, ਉਹ ਬਾਹਰ ਬੈਰਕਾਂ 'ਚ ਆ ਜਾਂਦਾ, ਅਤੇ ਉਹੀ ਕੰਮ ਉਹ ਸ਼ੁਰੂ ਕਰੇਗਾ, ਕੱਲ੍ਹ ਨੂੰ ਪਰੋਲ 'ਤੇ ਆਉਣ ਲੱਗ ਜਾਏਗਾ, ਬਾਹਰ ਆ ਕੇ ਉਹੀ ਕੰਮ ਸ਼ੁਰੂ ਕਰਨ ਲੱਗੇ ਆ। ਇਸ ਲਈ ਇਸ 'ਤੇ ਪੰਜਾਬ ਸਰਕਾਰ, ਇਸ ਇਕੱਲੇ ਬੰਦੇ 'ਤੇ, ਬਾਕੀ ਸਿੱਖ ਕੈਦੀਆਂ 'ਤੇ, ਉਹਨਾਂ ਦੀ ਰਿਹਾਈ ਲਈ, ਕਾਲੀ ਸੂਚੀ 'ਤੇ ਅਸੀਂ ਸਭ ਇਕੱਠੇ ਹਾਂ, ਇਸ ਗੱਲ ਲਈ ਮੁਬਾਰਕਬਾਦ ਦਿੰਦੇ ਹਾਂ। ਪਰ ਜਿੱਥੇ ਤੱਕ ਰਾਜੋਆਣੇ ਦੀ ਗੱਲ ਆ,
ਸਾਨੂੰ ਉਹਦੇ ਤੋਂ ਕੀ, ਸਾਡਾ ਤਾਂ ਜੋ ਕਰਨਾ ਸੀ ਉਹਨੇ ਕਰਤਾ, ਪਰ ਅਸੀਂ ਪੰਜਾਬ ਦਾ ਨੁਕਸਾਨ ਹੁੰਦਾ ਬਰਦਾਸ਼ਤ ਨਹੀਂ ਕਰ ਸਕਾਂਗੇ। ਇਹ ਲੜਾਈ ਹਰ ਮੈਂ ਕਹਿੰਦਾ ਕਦਮ 'ਤੇ ਲੜੀ ਜਾਊਗੀ ਅਤੇ ਇਹਦੇ ਲਈ ਕੁਛ ਵੀ ਕਰਨਾ ਪਵੇ ਅਸੀਂ ਪੰਜਾਬ ਨੂੰ ਇੱਕ ਸਿਆਸਤ ਦੇ ਪਿੱਛੇ ਜਿਹੜੀ ਅਲੱਗ ਸਿਆਸਤ ਅਕਾਲੀ ਦਲ ਤੋਂ ਬਗੈਰ ਇਹ ਕਰਨੀ ਚਾਹੁੰਦੇ, ਇਹ ਉਹਦੀ ਖੇਡ ਆ ਸਾਰੀ, ਉਹ ਖੇਡ ਰਚ ਰਹੇ ਆ ਇਹ, ਪਰ ਉਹ ਖੇਡ ਸਾਡੇ ਪੰਜਾਬ ਨੂੰ ਲਾਂਬੂ ਲਾਉਣ ਅਤੇ ਅੱਗ ਲਾਉਣ ਲਈ ਕਤਈ ਵੀ ਬਰਦਾਸ਼ਤ ਨਹੀਂ ਹੋਊਗੀ। ਮੈਂ ਤਾਂ ਇਹ ਗੱਲ ਕਹੂੰਗਾ ਵੀ ਤੁਹਾਨੂੰ ਖਾਸ ਤੌਰ 'ਤੇ ਇਸ ਗੱਲ 'ਤੇ ਪੰਜਾਬ ਦੇ ਬੀਜੇਪੀ ਦੇ ਲੀਡਰ ਨੇ ਜਿਹੜੇ, ਚਾਹੇ ਉਹ ਲੁਧਿਆਣੇ ਦੇ ਹੋਣ ਚਾਹੇ ਸਟੇਟ ਦੇ ਹੋਣ, ਉਹਨਾਂ ਦਾ ਇੱਕ ਵਾਰ ਵਿਊ ਲੈ ਲਓ। ਉਹਨਾਂ ਨੂੰ ਪਤਾ ਵੀ ਕਿਵੇਂ ਉਹਨਾਂ ਨੇ ਵੀ ਕਾਂਗਰਸ ਪਾਰਟੀ ਨਾਲ ਲੜਾਈ ਲੜ ਕੇ, ਇਕੱਠੇ ਲੜਾਈ ਲੜ ਕੇ ਉਸ ਵੇਲੇ ਅੱਤਵਾਦ ਨੂੰ ਖਤਮ ਕੀਤਾ। ਉਹਨਾਂ ਨੂੰ ਪੁੱਛ ਲਓ, ਜੇ ਉਹ ਕਹਿ ਦੇਣਗੇ ਵੀ ਰਾਜਿਆਂ ਨੂੰ ਛੱਡਣਾ ਚਾਹੀਦਾ ਹੈ, ਤਾਂ ਮੈਂ ਸਮਝਦਾ ਅਮਿਤ ਸ਼ਾਹ ਜੀ ਅਤੇ ਮੋਦੀ ਨੂੰ ਇੱਕਦਮ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਜੇ ਉਹ ਨਹੀਂ ਕਹਿੰਦੇ, ਮੈਂ ਤਾਂ ਇਹ ਕਹਿ ਰਿਹਾ ਵੀ ਉਹਨਾਂ ਨੂੰ ਵੀ ਪੁੱਛ ਲੈਣ, ਜੇ ਉਹ ਹਾਂ ਕਰ ਦੇਣਗੇ ਮੈਂ ਤਾਂ ਵੀ ਦੇਖ ਲੂੰਗਾ, ਉਹ ਵੀ ਨਹੀਂ ਕਰ ਸਕਦੇ ਜੋ ਕੁਛ ਕੀਤਾ ਹੈ। ਮੈਂ ਤਾਂ ਆਪਣੀ ਮੈਂ ਸਮਝਦਾ, ਮੈਂ ਤਾਂ ਦੇਖੋ ਫਿਰ ਮੇਰਾ ਖੂਨ ਕਿਹੜਾ ਹੋ ਗਿਆ ਜੇ ਮੈਂ ਨਾ ਲੜੂੰਗਾ। ਇੱਕ ਬੰਦੇ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਇਆ ਹੋਵੇ ਤਾਂ ਮੇਰਾ ਖੂਨ ਫਿਰ ਕੀ, ਅੱਗੇ ਮੇਰਾ ਖੂਨ ਵਾਲੇ ਨਹੀਂ ਮਾਰੂ, ਮੇਰਾ ਵੀ ਪੰਜਾਬੀਆਂ ਦਾ ਖੂਨ ਆ। ਇਹ ਗੱਲ ਕਿਵੇਂ ਬਰਦਾਸ਼ਤ ਹੋ ਜੂਗੀ ਵੀ ਇੱਕ ਜਿਹੜਾ ਫਿਰ ਗ੍ਰਹਿ ਕੀ ਜਾਊ ਜੇ ਆਮ ਸੜਕ 'ਤੇ ਬੰਦੇ ਨੂੰ ਕੋਈ ਵੀ ਮਾਰ ਜੂ ਅਤੇ ਉਹ ਤਾਂ ਪਤਾ ਹੀ ਹੈ ਵੀ ਇਹਨੂੰ ਤਾਂ ਛੱਡ ਹੀ ਦੇਣਾ ਕੱਲ੍ਹ ਨੂੰ ਜੀ, ਕੀ ਕਾਨੂੰਨ ਰਹਿ ਜੂਗਾ ਉਰੇ। ਅਤੇ ਇਸ ਕਰਕੇ ਇਹ ਸਰਦਾਰ ਬੇਅੰਤ ਸਿੰਘ ਜਾਂ ਉਹਨਾਂ ਦੀ ਸ਼ਹਾਦਤ, ਉਹਨਾਂ ਦਾ ਖੂਨ ਆ ਇਹ, ਉਹਨਾਂ ਦੇ ਅਸੀਂ ਵਾਰਸ ਹਾਂ, ਸਾਨੂੰ ਆਉਂਦੀ ਆ ਲੜਾਈ ਲੜਨੀ, ਇਹ ਉਹਨਾਂ ਨੂੰ ਛੱਡ ਕੇ ਦੇਖ ਲੈਣ ਤਾਂ ਵੀ ਅਸੀਂ ਲੜਾਈ ਲੜ ਲਾਂਗੇ। ਅਸੀਂ ਹਮੇਸ਼ਾ ਲੜਾਈ ਲੜੀ ਆ, ਪਰ ਮੋਦੀ ਜੀ ਦਾ ਡਬਲ ਚਿਹਰਾ ਮੂਹਰੇ ਸਾਹਮਣੇ ਆਜੂਗਾ, ਅਮਿਤ ਸ਼ਾਹ ਦਾ ਚਿਹਰਾ ਜਿਹੜਾ ਦੂਜਾ ਚਿਹਰਾ ਹੈ, ਜਿੱਦਣ ਰਾਜਵਾਣੇ ਦੀ ਜੇ ਉਹ ਫਾਂਸੀ ਜਿਹੜੀ ਮਾਫ਼ ਕਰਨਗੇ, ਉਹ ਚਿਹਰਾ ਉਹਨਾਂ ਦਾ ਬਿਲਕੁਲ ਜਿਹੜਾ ਰਾਸ਼ਟਰਵਾਦ ਦੀ ਗੱਲ ਕਰਦੇ ਆ, ਨੇਸ਼ਨ ਦੀ ਗੱਲ ਕਰਦੇ ਆ, ਉੱਦਣ ਹੀ ਜਿਹੜਾ ਦੂਜਾ ਚਿਹਰਾ ਹੈ ਅੱਤਵਾਦ ਵਾਲਾ ਚਿਹਰਾ, ਉਹ ਉਹਨਾਂ ਦਾ ਨੰਗਾ ਹੋਜੂ। ਇੱਕ ਆਖਰੀ ਸਵਾਲ, ਇੱਕ ਨਕਸਲੀ ਗਤੀਵਿਧੀਆਂ ਸਾਹਮਣੇ ਆਈਆਂ ਨੇ, ਹਥਿਆਰ ਤੋੜਨਾ ਪੜੇਗਾ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ ਦੋ ਗੱਲਾਂ ਇਹਦੇ ਪਿੱਛੇ, ਇੱਕ ਪੰਜਾਬ ਦੇ ਵਿੱਚ ਉਹਨਾਂ ਦੇ ਸਲੀਪਰ ਸੈੱਲ ਤਾਂ ਪਹਿਲਾਂ ਹੀ ਬੈਠੇ ਆ, ਹੁਣ ਗੱਲ ਕੀ ਆ ਵੀ ਜੰਮੂ ਕਸ਼ਮੀਰ 'ਤੇ ਇਸ ਵੇਲੇ ਬਾਰਡਰ 'ਤੇ ਪੂਰੀ ਸਖਤੀ ਆ, ਨਿਗਾਹ ਏ, ਅਤੇ ਜਿਹੜਾ ਪੰਜਾਬ ਦਾ ਬਾਰਡਰ ਆ ਉਹ ਵੀ ਬਹੁਤ ਵੱਡਾ ਬਾਰਡਰ ਆ, ਕਿਤੇ ਨਾ ਕਿਤੇ ਉਹਨੂੰ ਤਾਂ ਹੁਣ ਤੁਹਾਡੇ ਮੂਹਰੇ ਹੀ ਹੈ, ਮੇਰੇ ਕਹਿਣ ਦੀ ਤਾਂ ਕੋਈ ਗੱਲ ਹੈ ਨਹੀਂ, ਕਿਵੇਂ ਦੋ ਡਰੋਨ ਫੜੇ ਗਏ ਨੇ, ਕਿਸ ਤਰੀਕੇ ਨੇ, ਕਿ 47 ਫੜੀਆਂ ਗਈਆਂ ਏ, ਉਹ 'ਚ ਕੋਈ ਸ਼ੱਕ ਨਹੀਂ, ਪਰ ਉਹ ਹੁਣ ਇਸ ਬਾਰਡਰ ਨੂੰ ਯੂਜ਼ ਕਰਨਾ ਚਾਹੁੰਦੇ ਆ, ਪਰ ਹੁਣ ਇਹ ਏਜੰਸੀਆਂ ਅਤੇ ਸਿਕਿਉਰਿਟੀ ਏਜੰਸੀਆਂ ਨੂੰ ਗੱਲ ਪਤਾ ਲੱਗ ਗਈ ਹੈ ਅਤੇ ਇੱਧਰ ਵੀ ਉਹ ਓਨੇ ਹੀ ਅਲਰਟ ਹੋ ਗਏ ਆ, ਉਹ ਹੁਣ ਗੱਲ ਨਹੀਂ ਗੀ ਪੁਰਾਣੀ ਵੀ ਪਤਾ ਨਹੀਂ ਲੱਗੂਗਾ। ਹੁਣ ਅੱਜ ਕੱਲ੍ਹ ਬਹੁਤ ਕੁਛ ਜਿਹੜੇ ਨੇ, ਮੈਂ ਸਮਝਦਾ ਚੀਜ਼ਾਂ ਬਹੁਤ ਐਡਵਾਂਸ ਹੋ ਚੁੱਕੀਆਂ ਹੈ, ਬੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਨਫੋਰਮੇਸ਼ਨਾਂ ਬਹੁਤ ਤੇਜ਼ੀ ਨਾਲ ਅੱਗੇ ਆਉਂਦੀਆਂ, ਹੁਣ ਉਸ ਤਰੀਕੇ ਨਾਲ ਨਹੀਂ ਗਾ ਵੀ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਰਹਿਣਗੀਆਂ ਬਾਰ ਬਾਰ। ਇੱਕ ਦਾ ਮੋਡਿਊਲ ਹੁੰਦਾ ਹੈ, ਜਦੋਂ ਬਸਟ ਹੋ ਜਾਂਦਾ ਹੈ ਤਾਂ ਦੂਜੇ ਮੋਡਿਊਲ ਨੂੰ ਬਣਨ ਨੂੰ 6 ਮਹੀਨੇ ਸਾਲ ਜਿਹੜਾ ਟਾਈਮ ਲੱਗ ਜਾਂਦਾ, ਲਗਾਤਾਰ ਇੰਨੀ ਵੀ ਨਫ਼ਰੀ ਨਹੀਂ ਗੀ ਉਹਨਾਂ ਕੋਲ ਵੀ ਰੋਜ਼ ਇਹ ਕੋਈ ਇਹੋ ਜਿਹਾ ਕੰਮ ਕਰ ਸਕਣ, ਇੱਕ ਦਾ ਅਟੈਂਪਟ ਆ ਜਿਹੜਾ ਉਹ 6 ਮਹੀਨੇ ਬਾਅਦ ਉਹ ਕਰਦੇ ਆ। ਅਤੇ ਪਰ ਸਾਡੀਆਂ ਏਜੰਸੀਆਂ ਬਹੁਤ ਸਤਰਕ ਨੇ, ਉਹ ਉਸ ਚੀਜ਼ ਦਾ ਪਹਿਲਾਂ ਹੀ ਪਤਾ ਲਾ ਲੈਂਦੀਆਂ ਹੈ, ਅਤੇ ਇਸ ਕਰਕੇ ਉਹ ਉਨੀ ਕਾਮਯਾਬੀ ਨਹੀਂ ਉਹਨਾਂ ਨੂੰ ਕਦੇ ਵੀ ਮਿਲਣੀ, ਪਰ ਉਹਨਾਂ ਦੀ ਕੋਸ਼ਿਸ਼ ਹੁਣ ਤੁਸੀਂ ਦੇਖਿਆ ਜਦੋਂ ਉਹਨਾਂ ਦਾ ਪ੍ਰਾਈਮ ਮਿਨਿਸਟਰ UNO ਤੱਕ ਤਾਂ ਚੀਕ ਚੀਕ ਕੇ ਕਹਿ ਰਿਹਾ ਹੈ, ਹੋਰ ਹੁਣ ਉਹ ਇਦੋਂ ਵੱਧ ਕੀ ਪਤਾ ਲੱਗੂਗਾ ਆਪਾਂ ਨੂੰ, ਜਿਹੜਾ ਪ੍ਰਧਾਨ ਮੰਤਰੀ ਉਹ ਅੱਗ ਲਾਉਣ ਨੂੰ ਫਿਰਦਾ ਹੋਵੇ ਪਾਕਿਸਤਾਨ ਦਾ, ਉਹ ਤਾਂ ਆਪਣੇ ਮੂਹਰੇ ਆ। ਪਰ ਜੇ ਆਹ ਗੱਲ ਹੋ ਗਈ, ਜੇ ਰਾਜਵਾਣਾ ਵਰਗੇ ਦੀ ਫਾਂਸੀ ਮਾਫ਼ ਹੋ ਗਈ, ਤਾਂ ਜਿਹੜੇ ਉਹਦੇ ਸਲੀਪਰ ਸੈੱਲ ਬੈਠੇ ਆ, ਜਿਹੜੇ ਵੱਖਵਾਦੀ ਤਾਕਤਾਂ ਹੈ, ਉਹਨਾਂ ਨੂੰ ਉੱਦਣ ਹੀ ਤਾਕਤ ਮਿਲੇਗੀ, ਉੱਦਣ ਹੀ ਉੱਠ ਕੇ ਖੜ੍ਹੇ ਹੋ ਜਾਣਗੇ, ਉਹ ਖਤਰੇ ਦੀ ਗੱਲ ਆ। ਜਿਹੜਾ 550 ਸਾਲ ਦਾ ਪ੍ਰਕਾਸ਼ ਪੁਰਬ 'ਤੇ ਜਿਹੜਾ ਫੈਸਲਾ ਆਇਆ ਹੈ ਕੇਂਦਰ ਸਰਕਾਰ ਦਾ, ਜਿਵੇਂ ਆ ਰਿਹਾ ਚਰਚਾ ਚੱਲ ਰਹੀ ਹੈ ਕਿ ਰਾਜਵਾਣਾ ਜਿਹੜੀ ਉਮਰ ਕੈਦ ਹੋ ਸਕਦੀ ਹੈ ਤਬਦੀਲ, ਤੁਹਾਨੂੰ ਕੀ ਲੱਗਦਾ ਹੈ? ਜੀ ਬਿਲਕੁਲ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਵੱਡੀ ਮਿਹਰ ਹੈ ਕਿ 550 ਸਾਲਾਂ 'ਤੇ ਕੇਂਦਰ ਸਰਕਾਰ ਨੇ ਫੈਸਲਾ ਲਿਆ ਗਾ। ਇਹ ਹਜੇ ਸਾਨੂੰ ਮਤਲਬ ਕਿ ਕਨਫਰਮ ਤਾਂ ਨਹੀਂ ਹੋਇਆ, ਮੀਡੀਆ ਦੇ ਰਾਹੀਂ ਪਤਾ ਲੱਗਿਆ, ਅਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ। ਪੂਰਾ ਖਾਲਸਾ ਪੰਥ, ਸਾਰੇ ਧਰਮਾਂ ਵਰਗਾਂ ਦੇ ਲੋਕ ਸਵਾਗਤ ਕਰਦੇ ਆ, ਕਿਉਂਕਿ ਵੀਰ ਜੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। 24 ਸਾਲ ਵੀਰ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਹੋ ਗਏ, 13 ਸਾਲ ਫਾਂਸੀ ਕੋਠੀ 'ਚ ਬੰਦ ਹੋ ਗਏ, ਅਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਅਪੀਲ ਆ 2012 ਤੋਂ ਉਹਨੂੰ ਵੀ ਪੈਂਡਿੰਗ ਪਈ ਨੂੰ 8 ਸਾਲ ਹੋ ਗਏ। ਲੇਕਿਨ ਜਿਵੇਂ ਰਮਨੀਤ ਗੁੱਟੂ ਦਾ ਕਹਿਣਾ ਹੈ ਕਿ ਵਿਰੋਧ ਕਰ ਰਹੇ, ਕਹਿੰਦੇ ਇਸ ਦਾ ਖਤਰਾ ਹੈ ਸਮਾਜ ਲਈ, ਤੁਹਾਨੂੰ ਕੀ ਲੱਗਦਾ ਹੈ? ਵੀਰ ਜੀ ਦਾ 24 ਸਾਲਾਂ ਦਾ ਜੇਲ੍ਹ ਦਾ ਜੀਵਨ ਹੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ।
ਤੇ ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿ ਵੀਰ ਜੀ ਹੁਣਾਂ ਨੇ ਤਾਂ ਆਪਣੀ ਜਿਹੜੀ ਸਜ਼ਾ ਗੀ ਉਹ ਕੱਟ ਲਈ, ਪੂਰੀ ਕਰ ਲਈ। ਪਰ ਜਿਹੜੇ ਸਿੱਖ ਕੌਮ ਦੇ ਕਾਤਲ ਨੇ, ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ਨਿਰਦੋਸ਼ਾਂ ਦਾ, ਦਿੱਲੀ ਦੇ ਵਿੱਚ ਹਜ਼ਾਰਾਂ ਨਿਰਦੋਸ਼ਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਦੇ ਜਿਹੜੇ ਕਾਤਲ ਹੈ ਸਿੱਖਾਂ ਦੇ ਕੋਈ ਵੀ 24 ਸਾਲਾਂ ਤੋਂ ਜੇਲ੍ਹ 'ਚ ਬੰਦ ਨਹੀਂ ਹੈਗਾ। ਹੁਣ ਕੇਂਦਰ ਸਰਕਾਰ ਨੇ ਸੱਜਣ ਕੁਮਾਰ ਨੂੰ ਮਤਲਬ ਕਿ ਜੇਲ੍ਹ ਦੇ ਵਿੱਚ ਬੰਦ ਕੀਤਾ ਤਾਂ ਸਿੱਖਾਂ ਦੇ ਜ਼ਖਮਾਂ 'ਤੇ ਮੱਲਮ ਲੱਗੀ ਆ, ਅਤੇ ਬਾਕੀ ਜਿਹੜੇ ਕਾਤਲ ਨੇ ਹਜੇ ਵੀ ਬਾਹਰ ਫਿਰਦੇ ਨੇ, ਉਹਨਾਂ ਦੇ ਬਾਰੇ ਸੋਚਣਾ ਚਾਹੀਦਾ। ਚੰਗਾ ਉਪਰਾਲਾ ਕੇਂਦਰ ਸਰਕਾਰ ਦਾ, ਕੇਂਦਰ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ 'ਤੇ ਮੱਲਮ ਲਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ। ਪਹਿਲਾਂ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਕਰਤਾਰਪੁਰ ਦਾ ਲਾਂਘਾ, ਉਸ ਤੋਂ ਬਾਅਦ ਮਤਲਬ ਜਿਹੜਾ ਕਿ ਬੰਦੀ ਸਿੰਘ ਆ ਜਿਹੜੇ ਕਿ 24 ਸਾਲਾਂ ਤੋਂ 25 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ। ਬਾਕੀ ਵੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਾਂ ਕਿ ਇਸ ਕੇਸ ਦੇ ਵਿੱਚ ਜਿਹੜੇ ਬਾਕੀ ਸਿੰਘ ਵੀ ਆ ਉਹ ਵੀ ਰਿਹਾਅ ਹੋ ਰਹੇ ਨੇ। ਵੀਰ ਜੀ 'ਤੇ ਹੀ ਮਤਲਬ ਉਹਨਾਂ ਨੂੰ ਤਕਲੀਫ ਕਿਉਂ ਹੁੰਦੀ ਆ, ਕਿਉਂਕਿ ਵੀਰ ਜੀ ਨੇ ਹਮੇਸ਼ਾ ਕਾਂਗਰਸ ਦੇ ਜ਼ੁਲਮਾਂ ਦੀ ਗੱਲ ਕੀਤੀ ਆ, ਅਤੇ ਵੀਰ ਜੀ ਨੇ ਜਿਹੜਾ ਕਿ ਕਹਿੰਦੇ ਨੇ ਕਿ ਵੀਰ ਜੀ ਨੇ ਅਪੀਲ ਨਹੀਂ ਕੀਤੀ, ਵੀਰ ਜੀ ਨੇ ਕਾਂਗਰਸ ਦੇ ਕਾਤਲ ਕਾਂਗਰਸ ਨੇ ਜਿਹੜੀਆਂ ਬੇਇਨਸਾਫੀਆਂ ਕੀਤੀਆਂ ਸੀਗੀਆਂ, ਕੌਮ ਦੇ ਨਾਲ ਹੋਈਆਂ ਬੇਇਨਸਾਫੀਆਂ ਦੇ ਰੋਸ ਵਜੋਂ ਅਪੀਲ ਨਹੀਂ ਸੀ ਕੀਤੀ, ਅਤੇ ਉਹ ਰੋਸ ਜਿਹੜਾ ਗਾ ਉਹ ਇਕੱਲੇ ਵੀਰ ਜੀ ਰਾਜੋਣਾ ਜੀ ਦਾ ਨਹੀਂ ਸੀਗਾ, ਉਹ ਸਮੁੱਚੀ ਸਿੱਖ ਕੌਮ ਦਾ ਰੋਸ ਹੈ।